ਪੰਜਾਬ 'ਚ ਭਾਵੇਂ 2 ਸਾਲ ਪਹਿਲਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪਲਾਸਟਿਕ ਦੇ ਹਰ ਤਰ੍ਹਾਂ ਦੇ ਲਿਫਾਫਿਆਂ ਦੀ ਵਰਤੋਂ ਕਰਨ ਤੇ ਰੋਕ ਲਗਾ ਚੁੱਕਿਆ, ਪਰ ਇਸ ਦੇ ਬਾਵਜੂਦ ਵੀ ਦੂਸਰੇ ਰਾਜਾਂ ਤੋਂ ਟਨਾਂ ਦੇ ਹਿਸਾਬ ਦੇ ਨਾਲ ਪਤਲੇ ਪਲਾਸਟਿਕ ਦੇ ਲਿਫਾਫੇ ਆਉਂਦੇ ਨੇ। ਇਸ ਦੀ ਆਮਦ ਨੂੰ ਬੰਦ ਕਰਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਲਾਸਟਿਕ ਨੂੰ ਰੋਕਣ ਦੀ ਹਰ ਇੱਕ ਸੰਭਵ ਕੋਸ਼ਿਸ਼ ਜਾ ਰਹੀ ਹੈ, ਫਿਰ ਵੀ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਕਿਸ ਤਰ੍ਹਾਂ ਵਿਕ ਰਿਹਾ ਪਲਾਸਟਿਕ, ਇਸ ਦੀਆਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇੱਕ ਖਬਰ ਸਾਹਮਣੇ ਆਈ ਸੀ ਕਿ 1 ਅਗਸਤ ਤੋਂ ਪੂਰੀ ਤਰ੍ਹਾਂ ਨਾਲ ਪਲਾਸਟਿਕ ਦੇ ਲਿਫਾਫੇ ਬੰਦ ਹੋ ਜਾਣਗੇ। ਖੈਰ, ਇਹ ਤਾਂ ਵਕਤ ਹੀ ਦੱਸੇਗਾ, ਪਰ ਕਿਤੇ ਨਾ ਕਿਤੇ ਪਲਾਸਟਿਕ ਵਰਤੋਂ 'ਚ ਅੱਜ ਵੀ ਹੈ। ਇਸ ਦੀ ਜ਼ਿੰਮੇਵਾਰੀ ਆਮ ਲੋਕਾਂ 'ਤੇ ਵੀ ਓਨੀ ਹੀ ਬਣਦੀ ਹੈ ਜਿੰਨੀ ਸਰਕਾਰ ਦੇ ਪ੍ਰਸ਼ਾਸਨ ਦੀ। ਕੀ ਆਖਦੇ ਨੇ ਆਮ ਲੋਕ ਇਸ ਪਲਾਸਟਿਕ ਦੀ ਵਰਤੋਂ ਬਾਰੇ, ਆਓ ਜਾਣਦੇ ਹਾਂ। ਜੋ ਸਰਕਾਰ ਨੇ ਪਾਬੰਦੀ ਲਗਾਈ ਗਈ ਹੈ, ਸਾਨੂੰ ਸਰਕਾਰ ਦੀ ਨਿਯਮਾਂ 'ਤੇ ਜੋ ਸਰਕਾਰ ਨੇ ਨੋਟੀਫਿਕ ਜਾਰੀ ਕੀਤੀ ਹੈ ਉਹ 'ਤੇ ਅਟਲ ਰਹਿਣਾ ਚਾਹੀਦਾ। ਦੁਕਾਨਦਾਰ ਨੂੰ ਵੀ ਸਰਕਾਰ ਨਾਲ ਕੋਈ ਬੇਇਨਸਾਫੀ ਨਹੀਂ ਕਰਨੀ ਚਾਹੀਦੀ, ਅਤੇ ਸਾਡੇ ਲੋਕਾਂ ਨੂੰ ਜਿਹੜੇ ਕਸਟਮਰ ਨੇ ਦੁਕਾਨਾਂ 'ਤੇ ਜਾਂਦੇ ਨੇ ਪੋਲੋਥੀਨ ਲੈਣ ਤੋਂ ਇਨਕਾਰ ਕਰ ਦੇਣਾ ਚਾਹੀਦਾ। ਸਰਕਾਰ ਨੂੰ ਜੋ ਲਿਫਾਫੇ ਦਿੰਦੇ ਨੇ, ਪੋਲੋਥੀਨ ਦੇ ਲਿਫਾਫੇ ਦਿੰਦੇ ਨੇ, ਉਹਨਾਂ ਪ੍ਰਤੀ ਸਖ਼ਤ ਸਖ਼ਤ ਕਦਮ ਚੁੱਕਣੇ ਚਾਹੀਦੇ ਨੇ। ਸਾਨੂੰ ਕਸਟਮਰ ਨੂੰ ਆਪਣੇ ਥੈਲੇ ਕੈਰੀ ਬੈਗ ਲੈ ਕੇ ਆਉਣੇ ਚਾਹੀਦੇ ਨੇ, ਤਾਂ ਕਿ ਜਿਹੜੀ ਇਹ ਪ੍ਰਦੂਸ਼ਣ ਹੈ ਜਾਂ ਇਹ ਸੀਵਰ ਦੀਆਂ ਨਾਲੇ 'ਚ ਫਸ ਜਾਂਦਾ, ਇਹ ਸਾਡੇ ਲੋਕਾਂ ਲਈ ਮਤਲਬ ਯਾਨੀ ਕਿ ਇੱਕ ਖਤਰਨਾਕ ਸਿੱਧ ਹੁੰਦਾ। ਅਬ ਕਿਆ ਕਹਿਣਾ, ਪਹਿਲੇ ਆਗੇ ਸੇ ਬੰਦ ਕੀਆ ਜਾਏ, ਜਹਾਂ ਸੇ ਲਿਫਾਫਾ ਆ ਰਹਾ ਵਹਾਂ ਸੇ ਬੰਦ ਕੀਆ ਜਾਏ। ਅਭੀ ਯਹਾਂ ਬਿਕ ਰਹਾ ਹੈ ਤੋ ਗ੍ਰਾਹਕ ਹਮਸੇ ਸੁਵਿਧਾ ਮੰਗ ਰਹੇ ਹੈ ਕਿ ਲਿਫਾਫਾ ਚਾਹੀਏ ਹਮਕੋ, ਤੋ ਹਮ ਲੋਗੋ ਕੋ ਭੀ ਲਾਨਾ ਪੜਤਾ ਹੈ। ਅਭੀ ਇਹ 150-200 ਕਾ ਲਿਫਾਫਾ ਹਮ ਲੋਗੋ ਕਾ ਰੋਜ਼ ਕਾ ਲੱਗ ਜਾਤਾ ਹੈ। ਅਗਰ ਇਹ ਬੰਦ ਹੋ ਜਾਏ ਤੋ ਉਹ 150-200 ਰੁਪਿਆ ਹਮਾਰੇ ਪਾਕਿਟ ਮੇਂ ਆਏਗਾ। ਅਬ ਅਗਰ ਲਿਫਾਫਾ ਮਿਲ ਰਹਾ ਹੈ ਤੋ ਗ੍ਰਾਹਕ ਲਿਫਾਫਾ ਮੰਗ ਰਹੇ ਕਿ ਲਿਫਾਫਾ ਸਾਹਮਣੇ ਵਾਲਾ ਦੇ ਰਹਾ, ਤੁਮ ਕਿਉਂ ਨਹੀਂ ਰੱਖਾ ਹੈ, ਤੋ ਹਮਕੋ ਵੀ ਮਜਬੂਰੀ ਬਸ ਲਿਫਾਫਾ ਲਾਨਾ ਪੜਤਾ ਹੈ। ਨਹੀਂ ਤੋ ਹਮਕੋ ਤੋ ਯਹੀ ਚਾਹੀਏ ਕਿ ਲਿਫਾਫਾ ਬੰਦ ਹੋ ਜਾਏ ਤੋ ਔਰ ਹੀ ਬਿਹਤਰ ਹੈ। ਬਹੁਤ ਗਲਤ ਗੱਲ ਹੈ ਜੀ, ਇਹ ਲਿਫਾਫਾ ਦੂਜਾ ਲੈਣ ਜਿਹੜਾ ਗੱਲ ਦਾ ਕਿਉਂ ਨਹੀਂ ਲੈਂਦੇ, ਕਿ 5-4 ਰੁਪਏ ਦਾ ਕੋਈ ਫਰਕ ਹੋਏਗਾ ਲਿਫਾਫੇ ਪਿੱਛੇ, ਕਹਿਣ ਦਾ ਮਤਲਬ 5-4 ਰੁਪਏ ਬਚਾਉਣ ਪਿੱਛੇ ਪੋਲੋਥੀਨ ਦੂਜਾ ਲੈਂਦੇ ਨੇ, ਗੱਲ ਦਾ ਹੈ ਨਹੀਂ। ਨੁਕਸਾਨ ਸੀਵਰੇਜ ਵੀ ਬੰਦ ਹੁੰਦੇ ਨੇ, ਬਾਕੀ ਵੈਸੇ ਹੋਰ ਵੀ ਨੁਕਸਾਨ ਬਹੁਤ ਨੇ। ਹਾਂ, ਇਹੀ ਤਾਂ ਗਾਹਕ ਹੈ ਜੀ, ਹੁਣ ਤੁਹਾਨੂੰ ਜਿਹੜਾ ਮਿਲਣਾ ਤੁਹਾਡੇ ਸਾਹਮਣੇ ਅਸੀਂ ਤਾਂ ਉਹੀ ਲੈਣਾ ਜੀ। ਹਾਂ, ਇਹ ਬੰਦ ਹੋਣਾ ਚਾਹੀਦਾ ਬਿਲਕੁਲ ਹੀ। ਗੱਲਬਾਤ ਦੌਰਾਨ ਜੋ ਤੱਥ ਸਾਹਮਣੇ ਆਉਂਦੇ ਹਨ ਉਹ ਇਹ ਨੇ ਕਿ ਕੁਝ ਤਾਂ ਆਖਦੇ ਨੇ ਕਿ ਸਰਕਾਰ ਨੂੰ ਸਖਤੀ ਨਾਲ ਕੰਮ ਲੈਣਾ ਚਾਹੀਦਾ। ਦੂਸਰੇ ਨੰਬਰ ਤੇ ਕੁਝ ਆਮ ਲੋਕ ਇਹ ਆਖਦੇ ਨੇ ਕਿ ਆਮ ਲੋਕਾਂ ਨੂੰ ਕੱਪੜੇ ਦਾ ਬੈਗ ਬਣਾ ਕੇ ਉਸ ਨੂੰ ਵਰਤੋਂ ਦੇ ਵਿੱਚ ਲੈ ਕੇ ਆਉਣਾ ਚਾਹੀਦਾ, ਤੇ ਕੁਝ ਲੋਕ ਤਾਂ ਇਹ ਆਖਦੇ ਨੇ ਕਿ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫੇ ਨਹੀਂ ਖਰੀਦਣੇ ਚਾਹੀਦੇ। 2-4 ਰੁਪਏ ਬਚਾਉਣ ਪਿੱਛੇ ਵਾਤਾਵਰਨ ਦਾ ਨੁਕਸਾਨ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ। ਜ਼ਿਕਰਯੋਗ ਹੈ ਕਿ ਪਲਾਸਟਿਕ ਨਾਲ ਜਾਨਵਰਾਂ ਦੀ ਹਾਲਤ ਵੀ ਖਰਾਬ ਹੁੰਦੀ ਹੈ। ਸੂਤਰਾਂ ਅਨੁਸਾਰ ਇਸ ਪਲਾਸਟਿਕ ਨਾਲ ਕੈਂਸਰ ਵਰਗੀ ਬਿਮਾਰੀ ਵੀ ਫੈਲਦੀ ਹੈ। ਪਲਾਸਟਿਕ ਨੂੰ ਜੜੋਂ ਖਤਮ ਕਰਨ ਲਈ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਣ ਸਿੰਘ ਪੰਨੂ ਨਾਲ ਅਜੀਤ ਦੇ ਪੱਤਰਕਾਰ ਅਮਨਦੀਪ ਦੀ ਗੱਲ ਹੋਈ ਤਾਂ ਉਹਨਾਂ ਕੀ ਕਿਹਾ ਇਸ ਵਿਸ਼ੇ ਤੇ, ਆਓ ਜਾਣਦੇ ਹਾਂ। ਜਿਹੜੇ ਪਲਾਸਟਿਕ ਦੇ ਲਿਫਾਫੇ ਨੇ, ਕੈਰੀ ਬੈਗ ਨੇ ਪਲਾਸਟਿਕ ਦੇ, ਉਹ ਕਿੰਨਿਆਂ ਸਾਲਾਂ ਤੋਂ, ਪਿਛਲੇ 30-40 ਸਾਲਾਂ ਤੋਂ ਬਹੁਤ ਵੱਡੇ ਪੱਧਰ 'ਤੇ ਚੱਲ ਰਹੇ ਨੇ। ਉਹਨਾਂ ਨੂੰ ਰੋਕਣ ਵਾਸਤੇ ਲਗਾਤਾਰ ਮੁਹਿੰਮਾਂ ਵੀ ਚੱਲ ਰਹੀਆਂ ਨੇ, ਪਰ ਹੁਣ ਪਿਛਲੇ 2 ਕੁ ਮਹੀਨੇ ਤੋਂ ਇੱਕ ਹੋਰ ਨਵੀਂ ਕਿਸਮ ਦੇ ਲਿਫਾਫੇ ਆਏ ਨੇ ਜਿਹਨਾਂ ਨੂੰ ਕੰਪੋਸਟੇਬਲ ਕੈਰੀ ਬੈਗਸ ਕਹਿੰਦੇ ਨੇ, ਜਿਹੜੇ ਕਿ ਗਲਨਸ਼ੀਲ ਨੇ। ਉਹ ਅਸੀਂ ਪੰਜਾਬ 'ਚ ਲਾਗੂ ਕੀਤੇ ਆ, ਸਿਰਫ 4-5 ਕੰਪਨੀਆਂ ਨੇ ਭਾਰਤ ਸਰਕਾਰ ਦੇ ਲੈਵਲ ਦੇ ਉੱਤੇ, ਸਾਰੇ ਹਿੰਦੁਸਤਾਨ ਜਿਹੜੀਆਂ ਉਹਨਾਂ ਨੂੰ ਬਣਾ ਰਹੀਆਂ ਨੇ। ਆਉਣ ਵਾਲੇ ਸਮੇਂ 'ਚ ਹੋਰ ਵੀ ਕੰਪਨੀਆਂ ਆ ਜਾਣਗੀਆਂ। ਸਾਨੂੰ ਬਹੁਤ ਵਧੀਆ ਹੁੰਗਾਰਾ ਲੋਕਾਂ ਤੋਂ ਮਿਲਿਆ ਹੈ ਉਹਨਾਂ ਨੂੰ ਚਲਾਉਣ ਦਾ। ਸੋ ਆਉਣ ਵਾਲੇ ਸਮੇਂ 'ਚ ਜਿਉਂ ਜਿਉਂ ਉਹਨਾਂ ਲਿਫਾਫਿਆਂ ਦੀ ਉਪਲਬਧਤਾ ਵਧਦੀ ਜਾਏਗੀ, ਅਵੇਲੇਬਿਲਿਟੀ ਹੁੰਦੀ ਜਾਏਗੀ, ਤਿਉਂ ਤਿਉਂ ਜਿਹੜੇ ਪਲਾਸਟਿਕ ਦੇ ਕੈਰੀ ਬੈਗ ਨੇ ਉਹ ਖਤਮ ਹੁੰਦੇ ਜਾਣਗੇ। ਪਟਿਆਲਾ ਸ਼ਹਿਰ 'ਚ ਪ੍ਰਦੂਸ਼ਣ ਦਾ ਮਿਆਰ ਕੀ ਹੈ ਇਹ ਹੁਣ ਸਪਸ਼ਟ ਹੋ ਚੁੱਕਿਆ। ਇਸ 'ਤੇ ਜਦੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹ ਕਿਹਾ ਕਿ ਇਸ 'ਤੇ ਕਾਰਵਾਈ ਚੱਲ ਰਹੀ ਹੈ, ਬਹੁਤ ਜਲਦ ਤੁਹਾਨੂੰ ਨਤੀਜੇ ਦੇਖਣ ਨੂੰ ਮਿਲਣਗੇ। ਅਸੀਂ ਜਿਹੜਾ ਹੈਗਾ ਟਾਸਕ ਫੋਰਸ ਗਠਿਤ ਕੀਤੀ ਹੈ ਜੀ, ਉਹਦੇ ਅਸੀਂ ਪੋਲਿਊਸ਼ਨ ਕੰਟਰੋਲ ਬੋਰਡ ਦੇ ਨਾਲ ਤਾਲਮੇਲ ਕਰ ਰਹੇ ਹਾਂ। ਅਸੀਂ ਉਹਦੀ ਸਪੈਸੀਫਿਕੇਸ਼ਨ ਦੇ ਹਿਸਾਬ ਨਾਲ ਅਸੀਂ ਰੇਡ ਵੀ ਕਰ ਰਹੇ ਨੇ, ਅਤੇ ਨਾਲ ਦੇ ਨਾਲ ਅਸੀਂ ਲੋਕਾਂ ਨੂੰ ਵੀ ਅਪੀਲ ਤੁਹਾਡੇ ਮਾਧਿਅਮ 'ਚ ਵੀ ਕਰਦੇ ਕਿ ਪਲਾਸਟਿਕ ਨੂੰ ਜ਼ਿਆਦਾ ਘੱਟ ਤੋਂ ਘੱਟ ਯੂਜ਼ ਕਰੋ ਜੀ। ਉਹਦਾ ਜਿਹੜਾ ਹੈਗਾ ਇਨਵਾਇਰਮੈਂਟਲ ਇੰਪੈਕਟ ਬਹੁਤ ਨੈਗੇਟਿਵ ਹੈਗਾ, ਕੋਸ਼ਿਸ਼ ਇਹ ਕਰੋ ਕਿ ਉਹਨੂੰ ਖਤਮ ਕਰੀਏ। 2007 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੋਲੋਥੀਨ 'ਤੇ ਰੋਕ ਲਾਈ ਗਈ ਸੀ, ਪਰ ਇਸ ਦਾ ਅਸਰ ਜਿਹੜਾ ਹੈਗਾ ਉਹ ਅਜੇ ਤੱਕ ਵੇਖਣ ਨੂੰ ਨਹੀਂ ਮਿਲ ਰਿਹਾ। ਗੱਲ ਪਟਿਆਲੇ ਦੀ ਕਰੀਏ ਤਾਂ ਇੱਥੇ ਪੋਲੋਥੀਨ ਦੇ ਦਾ ਜਿਹੜਾ ਖੁੱਲ੍ਹੇਆਮ ਇਸਤੇਮਾਲ ਹੋ ਰਿਹਾ ਹੈ, ਪਰ ਪ੍ਰਸ਼ਾਸਨ ਵੱਲੋਂ ਇਸ 'ਤੇ ਕੋਈ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਜਾ ਰਹੀ। ਪੋਲੋਥੀਨ ਨਾਲ ਆਏ ਦਿਨ ਹੀ ਕਈ ਜੀਵ ਜੰਤੂ ਜਿਹੜੇ ਆ ਮਾਰੇ ਜਾਂਦੇ ਨੇ, ਇਹਨਾਂ ਦੇ ਨਾ ਗਲਣ ਕਾਰਨ ਸੀਵਰੇਜ ਬਲੋਕ ਹੁੰਦੇ ਨੇ। ਸ਼ਾਇਦ ਇਸੇ ਕਰਕੇ ਹੀ ਪਾਬੰਦੀ ਸਰਕਾਰ ਵੱਲੋਂ ਲਾਈ ਗਈ ਸੀ।
असल विच पाबंदी सिर्फ कागजी कार्रवाई तक ही सीमित रही, इस नूं अमन विच जड़ा है नहीं लिया गया। हुण वेखना यह होगा कि जिहड़ी ये सरकार है कि समय सिर इस दे लई कोई सख्त कार्रवाई करती है जां इस तरह ये प्लास्टिक के जिहड़े लफाफे है शहर विच विकदे हन। अमनदीप सिंह, अजीत वैब टीवी, पटियाला।